चाह पता की है भाई, इन्हां चेहरे नूं देख के, इन्हां परिवारां नूं देख के चाह है। और जे ये सौखे है, इन्हां दे चेहरे ते रौनक है, तां लगदा कि आप दे घर सुखी है, आप दे चुल्हे तक है। सो अज बहुत खुशी है, अज ओह गीत वार वार गाउण नूं जी करदा है। कहे असी हक दी लड़ाई हक नाल लड़ांगे, असी जितांगे ते देख देख फते पड़ांगे। ਜਦੋਂ ਕੱਲ ਪਤਾ ਲੱਗਿਆ ਕਿ ਹਾਂ ਖੇਤੀ ਕਾਨੂੰਨ ਰੱਦ ਹੋ ਗਏ ਨੇ, ਦੱਸਿਆ ਕਿਤੇ ਸੀ ਕਹਿੰਦੇ ਤੁਹਾਡਾ ਰਿਐਕਸ਼ਨ ਕੀ ਸੀਗਾ ਉਦੋਂ? ਇੱਕ ਐਲਬਮ ਤੇ ਕੰਮ ਕਰੀ ਜਾਂਦਾ ਤਾਂ ਰਸਤੇ 'ਚ ਮੈਨੂੰ ਗਲਵ ਦਾ ਫੋਨ ਆਇਆ। ਗਲਵ ਕਹਿੰਦਾ ਭਾਈ ਖੁਸ਼ਖਬਰੀ ਦੇਵਾ। ਮੈਂ ਕਿਹਾ ਖੁਸ਼ਖਬਰੀ ਤਾਂ ਹੈਗੀ, ਅੱਜ ਗੁਰਪੁਰਬ ਆ ਬਾਬੇ ਦਾ। ਕਹਿੰਦਾ ਇੱਕ ਹੋਰ ਦੇਵਾ। ਗੱਲਾਂ ਕਰਦੇ ਸੀ, ਕਹਿੰਦੇ ਕਈ ਚੀਜ਼ਾਂ ਦਾ ਪਹਿਲਾਂ ਪਤਾ ਹੁੰਦਾ ਸੀ ਕਿ ਇੱਦਾਂ ਹੋਣ ਵਾਲੀਆਂ, ਪਰ ਕਹਿੰਦੇ ਯਾਰ ਕਵਰ ਇੱਦਾਂ ਤਾਂ ਨਹੀਂ ਸੋਚਿਆ ਸੀ ਕਿ ਪੀਐਮ ਸਾਹਿਬ ਕਹਿ ਦੇਣਗੇ ਕਿ ਤੇਰੇ ਬਿੱਲ ਹੀ ਵਾਪਸ ਲੈ ਲੈਣਗੇ। ਪਾਤਸ਼ਾਹ ਦੀ ਗੱਲ ਕੀਤੀ, ਇੱਥੇ ਮੈਂ ਸਵੇਰੇ ਬੈਠਾ ਸੀ ਕਿਸਾਨਾਂ ਕੋਲ, ਵੈਸੇ ਤਾਂ ਮਜ਼ਾਕ ਵਾਲੀ ਗੱਲ ਹੈ, ਕਹਿੰਦੇ ਕਿ ਰਾਤ ਨੂੰ ਬਾਬੇ ਨਾਨਕ ਨੇ ਆ ਕੇ ਮੋਦੀ ਸਾਹਿਬ ਨੂੰ ਚੰਗਾ ਸਮਝਾਇਆ, ਚੰਗੀ ਤਰ੍ਹਾਂ ਵੀ ਸਵੇਰੇ ਉੱਠ ਕੇ ਮਾਫੀ ਮੰਗ ਲੈ। ਆਰਫ ਨੂੰ ਮਿਸ ਕਰ ਰਹੇ ਯਾਰ, ਹੁਣ ਜਦੋਂ ਗੀਤ ਦੀ ਗੱਲ ਚੱਲਦੀ ਹੈ ਤਾਂ ਉਹ ਯੂਰਪ ਗਿਆ ਹੋਇਆ ਹਨਾ, ਤੇ ਜੀ ਤਾਂ ਬਹੁਤ ਕਰਦਾ ਸੀ ਨਾਲ ਹੁੰਦਾ, ਹਰਿੰਦਰ ਖੜਾ ਉਹ ਵੀ ਨਾਲ ਹੁੰਦਾ, ਤਾਂ ਜਾਣੀ ਹੋਰ ਸਾਡੇ ਪਿਓ ਸਾਡੀਆਂ ਮਾਵਾਂ ਟਰੈਕਟਰ ਟਰਾਲੀਆਂ ਲੈ ਕੇ ਤੁਰਨਗੇ, ਝਾੜੂ ਆਪਾਂ ਮਾਰ ਕੇ ਜਾਣਾ, ਜਿੰਨੀ ਵੀ ਇੱਥੇ ਵੇਸਟੇਜ ਪਈ ਹੋਊਗੀ ਆਪਾਂ ਸਾਰਾ ਉਹ ਬਿਨ ਆਪਾਂ ਕਰਕੇ ਜਾਣਾ, ਨਾਲ ਲੈ ਕੇ ਜਾਣਾ ਆਪਾਂ ਸਾਰਾ, ਜਿੱਥੇ ਬਣਦਾ ਉਸ ਗੰਦ ਦਾ ਸਿੱਟਣਾ ਉੱਥੇ ਸਿੱਟਾਂਗੇ ਆਪਾਂ। ਸੋ ਇੱਥੋਂ ਤੱਕ ਆਪਾਂ ਲੈ ਕੇ ਜਾਣਾਂਗੇ, ਜਿਹੜੇ ਇੰਨਾ ਸੜਕਾਂ ਦੇ ਆਸੇ ਪਾਸੇ ਪਰਿਵਾਰ ਨੇ ਜਾਂ ਜਿਨ੍ਹਾਂ ਦੀਆਂ ਫੈਕਟਰੀਆਂ ਨੇ, ਉਹਨਾਂ ਨੂੰ ਲੱਗੇ ਕਿ ਯਾਰ ਕਿ ਆਏ ਸੀ। ਅੰਦੋਲਨ ਦੇ ਵਿੱਚ ਕੁਝ ਆਵਾਜ਼ਾਂ ਨੇ ਬਹੁਤ ਜੋਸ਼ ਭਰਿਆ ਸੀ, ਤਾਂ ਉਹਨਾਂ ਦੇ ਵਿੱਚੋਂ ਕੰਵਰ ਗਰੇਵਾਲ ਵੀ ਨੇ ਪਹਿਲੇ ਦਿਨ ਤੋਂ ਕਿਸਾਨੀ ਘੋਲ ਦੇ ਨਾਲ ਘੁਲਦੇ ਪਏ ਨੇ। ਟਿੱਕਰੀ ਬਾਰਡਰ ਦੇ ਉੱਪਰ ਇਹਨਾਂ ਨੇ ਪਹਿਲੇ ਦਿਨ ਹੀ ਝਾੜੂ ਫੜ ਲਿਆ ਸੀ, ਤਾਂ ਅੱਜ ਕਹਿੰਦੇ ਆ ਕਿ ਜਦੋਂ ਵਾਪਸ ਜਾਣਾ ਹੈ ਤਾਂ ਫਿਰ ਅਸੀਂ ਝਾੜੂ ਫੇਰਦੇ ਹੀ ਜਾਣਾ ਪੰਜਾਬ ਤੱਕ। ਬਾਈ ਜੀ ਨਾਲ ਨੇ ਸਾਡੇ, ਸਭ ਤੋਂ ਪਹਿਲਾਂ ਤਾਂ ਗੁਰਪੁਰਬ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਖੇਤੀ ਕਾਨੂੰਨ ਵਾਪਸ ਹੋ ਗਏ ਨੇ ਉਹਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਵੀ, ਮੇਰੇ ਪਿਆਰੇ ਵੀਰ ਤੁਹਾਨੂੰ ਵੀ ਬਹੁਤ ਮੁਬਾਰਕਾਂ ਬਾਬਾ ਜੀ ਦੇ ਗੁਰਪੁਰਬ ਦੀਆਂ ਔਰ ਇਹਨਾਂ ਬਿੱਲਾਂ ਦੇ ਰੱਦ ਹੋਣ ਦੀਆਂ, ਔਰ ਤੁਹਾਨੂੰ ਸਾਰਿਆਂ ਨੂੰ ਸਾਡੇ ਦੋਵੇਂ ਭਰਾਵਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ। ਬਾਈ ਜੀ ਚਾਹ ਕਿੰਨਾ ਗਿਆ? ਬਾਲਾ ਹੀ ਆ ਜਾਣੀ। ਮੈਂ ਸੁਣਿਆ ਤੁਸੀਂ ਚਾਹ 'ਚ ਗਾਉਂਦੇ ਬਹੁਤ ਸੋਹਣਾ, ਵੈਸੇ ਤਾਂ ਤੁਸੀਂ ਉੱਦਾਂ ਵੀ ਬਹੁਤ ਸੋਹਣਾ ਗਾਉਂਦੇ ਪਰ ਚਾਹ 'ਚ ਜ਼ਿਆਦਾ ਸੋਹਣਾ ਗਾਉਂਦੇ ਹੋ, ਕੁਝ ਹੋ ਜਾਏ। ਹਾਂ ਬਿਲਕੁਲ, ਅੱਜ ਅਸਲ ਚਾਹ ਪਤਾ ਕੀ ਹੈ ਬਾਈ, ਇਹਨਾਂ ਚਿਹਰਿਆਂ ਨੂੰ ਦੇਖ ਕੇ ਇਹਨਾਂ ਪਰਿਵਾਰਾਂ ਨੂੰ ਦੇਖ ਕੇ ਚਾਹ ਹੈ ਸਾਡਾ, ਜੇ ਇਹ ਸੌਖੇ ਹੈ ਇਹਨਾਂ ਦੇ ਚਿਹਰਿਆਂ 'ਤੇ ਰੌਣਕ ਹੈ ਤਾਂ ਲੱਗਦਾ ਕਿ ਆਪਦੇ ਘਰ ਸੁਖੀ ਹੈ, ਆਪਦੇ ਚੁੱਲ੍ਹਿਆਂ 'ਚ ਅੱਗ ਹੈਗੀ ਹੈ। ਸੋ ਅੱਜ ਬਹੁਤ ਖੁਸ਼ੀ ਹੈ, ਅੱਜ ਉਹ ਗੀਤ ਵਾਰ ਵਾਰ ਗਾਉਣ ਨੂੰ ਜੀ ਕਰਦਾ ਹੈ। ਕਿ ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ, ਅਸੀਂ ਜਿੱਤਾਂਗੇ ਤੇ ਦੇਗ ਤੇਗ ਫਤਿਹ ਪੜਾਂਗੇ। ਸਾਨੂੰ ਮਾਣ ਵਰੀ ਰਾਏ ਇਤਿਹਾਸ ਦੇ ਉੱਤੇ, ਇਤਿਹਾਸ ਦੇ ਉੱਤੇ ਸਾਨੂੰ ਮਾਣ ਵਰੀ ਰਾਏ ਇਤਿਹਾਸ ਦੇ ਉੱਤੇ। ਬਾਕੀ ਦੁੱਧ ਪਾਣੀ ਇਹ ਜੰਗ ਦਾ ਮੈਦਾਨ ਕਰੂਗਾ, ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ, ਉਹ ਮੈਂ ਕਿਹਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਮੈਂ ਇਹ ਜਾਣਨਾ ਚਾਹੁੰਦਾ, ਜਦੋਂ ਕੱਲ੍ਹ ਪਤਾ ਲੱਗਿਆ ਕਿ ਹਾਂ ਖੇਤੀ ਕਾਨੂੰਨ ਰੱਦ ਹੋ ਗਏ ਨੇ, ਦੱਸਿਆ ਕਿਹਨੇ ਸੀਗਾ ਤੇ ਤੁਹਾਡਾ ਰਿਐਕਸ਼ਨ ਕੀ ਸੀਗਾ ਉਦੋਂ? ਮੈਂ ਬਾਈ ਸਟੂਡੀਓ ਚੱਲਿਆ ਸੀ, ਕੱਲ੍ਹ ਪੰਜਾਬ ਹੀ ਸੀ ਮੈਂ, ਕੱਲ੍ਹ ਹੱਥ ਨੇ ਮੈਂ ਆਉਣਾ ਸੀ ਇੱਧਰ ਨੂੰ ਦਿੱਲੀ, ਸ਼ੋਅ ਰਾਤ ਇੱਥੇ ਸ਼ੋਅ ਸੀ ਦਿੱਲੀ ਸ਼ਹਿਰ 'ਚ ਪ੍ਰੋਗਰਾਮ ਸੀ, ਤਾਂ ਮੈਂ ਸਟੂਡੀਓ ਚੱਲਿਆ ਸੀ ਇੱਕ ਐਲਬਮ 'ਤੇ ਕੰਮ ਕਰੀ ਜਾਂਦਾ, ਤਾਂ ਰਸਤੇ 'ਚ ਮੈਨੂੰ ਗਲਵ ਦਾ ਫੋਨ ਆਇਆ। ਗਲਵ ਕਹਿੰਦਾ ਬਾਈ ਖੁਸ਼ਖਬਰੀ ਦੇਵਾਂ। ਮੈਂ ਕਿਹਾ ਖੁਸ਼ਖਬਰੀ ਤਾਂ ਹੈਗੀ, ਅੱਜ ਗੁਰਪੁਰਬ ਆ ਬਾਬੇ ਦਾ। ਕਹਿੰਦਾ ਇੱਕ ਹੋਰ ਦੇਵਾਂ। ਫਿਰ ਮੈਨੂੰ ਇੱਦਾਂ ਲੱਗਿਆ, ਮੈਂ ਹਜ਼ਾਰ ਜਿਵੇਂ ਇਹ ਕਹੂਗਾ ਕਿ ਬਿੱਲ ਰੱਦ ਹੋ ਗਏ। ਕਹਿੰਦਾ ਪੀਐਮ ਸਾਹਿਬ ਦੀ ਸਪੀਚ ਚੱਲ ਰਹੀ ਆ ਟੀਵੀ 'ਤੇ, ਅਤੇ ਉਹਨਾਂ ਨੇ ਅਨਾਊਂਸ ਕਰਤਾ ਕਿ ਅਸੀਂ ਤਿੰਨੇ ਬਿੱਲ ਵਾਪਸ ਲੈ ਰਹੇ ਹਾਂ। ਸੋ ਬੜੀ ਖੁਸ਼ੀ ਸੀ, ਬਹੁਤ ਚਾਹ ਸੀ, ਔਰ ਜਦੋਂ ਸਟੂਡੀਓ 'ਚ ਗਿਆ ਮੈਂ ਜਾ ਕੇ ਤਾਂ ਰਿਕਾਰਡਰ ਸਾਡਾ ਭਰਾ ਅੰਕੁਸ਼, ਜਾਣੀ ਮੇਰੇ ਜਾਂਦੇ ਨੂੰ ਬਾਹਾਂ ਐਂ ਕਰੀ ਖੜਾ, ਕਹਿੰਦਾ ਬਾਈ ਵਧਾਈਆਂ। ਹੁਣ ਮੈਨੂੰ ਪਤਾ ਸੀ, ਮੈਂ ਕਿਹਾ ਇਹ ਨਾਲ ਨਾਲ ਗੁਰਪੁਰਬ ਦੇ ਨਾਲ ਨਾਲ ਮੈਨੂੰ ਬਿੱਲਾਂ ਦੇ ਰੱਦ ਹੁੰਦੀਆਂ ਵੀ ਵਧਾਈਆਂ ਦੇ ਰਿਹਾ। ਸੋ ਬਹੁਤ ਚਾਹ ਹੈ ਬਾਈ ਯਾਰ, ਹਾਂ ਬਹੁਤ ਚਾਹ। ਗੱਲ ਇਹ ਵੀ ਹੈ ਕਿਉਂਕਿ ਕਈ ਚੀਜ਼ਾਂ ਦਿਮਾਗ ਦੇ ਵਿੱਚ ਚੱਲਦੀਆਂ ਸੀਗੀਆਂ, ਸੰਘਰਸ਼ ਇੱਕ ਸਾਲ ਲੰਬਾ ਹੋ ਗਿਆ, ਕਈ ਚੀਜ਼ਾਂ ਵਿੱਚ ਨਾਲ ਜੁੜ ਗਈਆਂ, ਕਦੀ ਸੋਚਿਆ ਸੀਗਾ ਕਿ ਇਹ ਅੰਦੋਲਨ ਇਸ ਤਰੀਕੇ ਨਾਲ ਜਿੱਤ ਹਾਸਲ ਕਰੂਗਾ? ਕਿਉਂਕਿ ਚਰਚਾ ਇਹ ਸੀਗੀ ਕਿ ਸ਼ਾਇਦ ਸਟੇ ਲੱਗ ਜੇ, ਇੱਕ ਚ ਸੋਧ ਕਰ ਦੇਣਗੇ, ਦੋ ਰੱਦ ਕਰ ਦੇਣਗੇ, ਇੱਦਾਂ ਦੀਆਂ ਗੱਲਾਂ ਚੱਲਦੀਆਂ ਸੀ, ਪਰ ਮੁਕੰਮਲ ਰੱਦ ਹੋ ਜਾਣਗੇ ਇਹ ਸੋਚਿਆ ਸੀ ਤੁਸੀਂ?
अज भाई यादवेंद्र होनी भी बैठे से गल्लां करदे सी कहिंदे कई चीज़ों का पहलों पता हुंदा सी कि इदां होण वालियां ने पर कहिंदे यार कमर इदां तां नहीं सोचा सी कि पी एम साहब कह देणगे कि तिन्ने बिल ही वापस लै लैणे है ना। तो बाकी यह है भाई हुण जदों इस लैवल ते अंदोलन लड़िया अपने लोगों ने और सारा ने रल मिल के लड़िया है ना, आलोचनावां दी कोई बहुती परवाह नहीं की, चंगीआं चीज़ां नूं हमेशा अपने सिर ते रखिया है, कोई माड़ी हवा आउंदी सी उहनूं नहीं आउण दित्ता इस अंदोलन दे विच। सो मैं लगता कि आप डिजर्व करते सारे है ना, जिस तरह अपने मीडिया ने साथ दिता है ना, तुहाडे तुसीं सामने खड़े हो तो तुहानूं सारयां नूं असीं महरिंदर नूं कह रहे सी, मैं कहा स्पैशली आप एक वीडियो जरूर बनावांगे। मेरा मन करता है कि जिहड़ा मेरा पंजाब दा मीडिया है ना, जिहड़े क्योंकि तुसीं उह चेहरे हो सारी उम्र नहीं भुल सकते तुहानूं है ना, कि तुहाडे सारयां लई बोली है यार कि एक आ खास अदारा सी कि जिन्हें जाग लाई रख्या, इत्थे कट्ठ वधदे सी इत्थे कट्ठ घटदे सी, इत्थे कोई घटना हुंदी सी इत्थे कोई सखावां माहौल हुंदा सी, पर तुसीं हर एक खबर नूं मेरे ख्याल जिद्दां दी सी उद्दां दी बना के पेश कीता। सो मैं लगता कि आपां डिजर्व करदे सी सारे इस खबर दे लई, तां ही चलदा सी कि तुहाडी वर्गीआं आवाज़ां तुहाडे वर्गे चेहरे अगे लगे सी, हौसला सानूं वी तुहाडा सीगा। वाह देखो वड्डियां धिरां इह जथेबंदियां ने और उस तों बाद जिहड़े ग्राउंड लैवल ते साडे परिवार बैठे सी सारियां स्टेटां दे, साडे राजस्थान वाले भरा है, साडे हरियाणे वाले भरा, साडियां मावां, साडे पंजाब वाले भैण भरा, इत्थों दिल्ली दे, हुण जिवें कल सानूं किसे ने फोन करके दस्सिया कहिंदा भाई जिवें पहलों इत्थे कोई मिठाइयां लै के दिल्ली दे परिवार आउंदे सी जिहड़े लोकल रहिंदे, कल तों फिर सिलसिला चल पिया, फिर लड्डू जलेबियां लै लै के आ रहे हैं। सो एक मेरे ख्याल च ना एक जुड़ती है साडी, है साडा एक ही है ते नाल साडे सबर ने, मैं स्टेज ते बोल के आया कि साडियां जथेबंदियां दे तजर्बे सी ਉਹ ਤਜਰਬਿਆਂ ਰੂਪੀ ਮਣਕੇ ਸੀ, ਸਬਰ ਅਤੇ ਸਿਦਕ ਦੀ ਮਾਲਾ 'ਚ ਪਰੋਲਿਆ ਉਹਨਾਂ ਨੇ ਧਾਗੇ 'ਚ, ਉਹ ਪਰੋ ਕੇ ਉਹਨਾਂ ਨੂੰ ਐਸਾ ਸਿਮਰਿਆ ਕਿ ਅੰਦੋਲਨ ਦੇ ਪਲ ਪਲ ਦੇ ਵਿੱਚੋਂ ਬਸ ਉਹ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਬਸ ਉਹੀ ਆਵਾਜ਼ਾਂ ਆਉਂਦੀਆਂ ਸੀ। ਸੋ ਐਡਾ ਵੱਡਾ ਔਰਾ ਬਣ ਗਿਆ ਸੀ ਤਾਂ ਜਿੱਤ ਯਕੀਨੀ ਸੀ ਔਰ ਇਸ ਤਰੀਕੇ ਨਾਲ ਜਿੱਤ ਮਿਲਣੀ ਸੀ ਇਹ ਸੁਭਾਵਿਕ ਸੀ। ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕੀਤੀ, ਇੱਥੇ ਮੈਂ ਸਵੇਰੇ ਬੈਠਾ ਸੀ ਕਿਸਾਨਾਂ ਕੋਲ, ਵੈਸੇ ਤਾਂ ਮਜ਼ਾਕ ਵਾਲੀ ਗੱਲ ਹੈ, ਕਹਿੰਦੇ ਕਿ ਰਾਤ ਨੂੰ ਬਾਬੇ ਨਾਨਕ ਨੇ ਆ ਕੇ ਮੋਦੀ ਸਾਹਿਬ ਨੂੰ ਚੰਗਾ ਸਮਝਾਇਆ ਚੰਗੀ ਤਰ੍ਹਾਂ ਵੀ ਸਵੇਰੇ ਉੱਠ ਕੇ ਮਾਫ਼ੀ ਮੰਗ ਲੈ। ਦੇਖੋ ਗੁਰੂ ਨਾਨਕ ਪਾਤਸ਼ਾਹ ਤਾਂ ਦਿਨ ਰਾਤ ਸਮਝਾਉਂਦੇ ਆ ਹੈ ਨਾ, ਤਾਂ ਉਹਨਾਂ ਦੇ ਸਿਧਾਂਤ ਤਾਂ ਸਾਨੂੰ ਪਲ ਪਲ 'ਤੇ ਸਮਝਾਉਂਦੇ ਆ, ਪਰ ਬਸ ਇਹ ਵੀ ਉਹਦੀ ਕਿਰਪਾ ਹੀ ਹੈ ਕਿ ਜਿਹਨੂੰ ਜਗਾਉਣਾ ਚਾਹੁੰਦਾ ਹੈ ਉਹੀ ਜਾਗਦਾ, ਜਦੋਂ ਜਗਾਉਣਾ ਚਾਹੁੰਦਾ ਹੈ ਉਦੋਂ ਜਾਗਦਾ। ਸੋ ਇਸ ਕਰਕੇ ਸਭ ਤੋਂ ਗਲਤੀਆਂ ਹੁੰਦੀਆਂ ਹੈ ਨਾ, ਅਤੇ ਮੈਂ ਤਾਂ ਅੱਜ ਇਸ ਚੀਜ਼ ਨੂੰ ਵੀ ਪੀ ਐੱਮ ਸਾਹਿਬ ਦਾ ਇੱਦਾਂ ਨੀਵੇਂ ਹੋ ਕੇ ਹੈ ਨਾ, ਇਹ ਬਹੁਤ ਵੱਡੀ ਗੱਲ ਹੈ ਜੇ ਇਸ ਚੀਜ਼ ਨੂੰ ਸਮਝਣ ਵਾਲੇ ਸਮਝਦੇ ਆ ਕਿ ਕਿਸੇ ਹਾਕਮ ਦਾ ਜਿਹੜਾ ਇਸ ਮੁਲਕ ਦੇ ਸਭ ਤੋਂ ਉੱਚੇ ਤਖ਼ਤ 'ਤੇ ਬੈਠਾ, ਦੁਨਿਆਵੀ ਲੈਵਲ 'ਤੇ ਹੈ ਨਾ, ਉਸ ਤਖ਼ਤ 'ਤੇ ਤਾਂ ਮਹਾਰਾਜ ਹੀ ਬੈਠਾ, ਇਸ ਤਖ਼ਤ 'ਤੇ ਜਦੋਂ ਸਮਾਜ ਦੀ ਗੱਲ ਕਰਦੇ ਹਾਂ ਤਾਂ ਪੀ ਐੱਮ ਸਾਹਿਬ ਬੈਠੇ ਆ, ਉਸ ਤਖ਼ਤ 'ਤੇ ਬਹਿ ਕੇ ਆਪਣੀ ਮਾਂ ਨੂੰ ਪਾਸੇ ਰੱਖ ਕੇ ਇਸ ਤਰ੍ਹਾਂ ਦਾ, ਠੀਕ ਹੈ ਕਹਿਣ ਵਾਲੇ ਬਹੁਤ ਕਹਿਣਗੇ ਕਿ ਧੌਣ 'ਤੇ ਗੋਡਾ ਰੱਖ ਲਿਆ ਸੀ, ਐਂ ਕਰਤਾ ਸੀ, ਜੇ ਕਰਤਾ ਸੀ, ਨਹੀਂ ਲੱਗਦਾ ਕਿ ਇਹ ਵੀ ਉਹਨਾਂ ਦੀ ਦਰਿਆਦਲੀ ਹੈ ਕਿ ਮਹਾਰਾਜ ਨੇ ਉਹ ਸਮੱਤ ਬਖਸ਼ੀ, ਦੋਵੇਂ ਹੱਥਾਂ ਨਾਲ ਪ੍ਰਵਾਨ ਕੀਤਾ, ਆਪਣੀ ਮਾਂ ਨੂੰ ਪਾਸੇ ਰੱਖ ਕੇ ਆਵਾਮ ਤੋਂ ਆ ਰੱਬ ਵਰਗੇ ਸਾਰੇ ਪਰਿਵਾਰਾਂ ਦੇ ਸਾਹਮਣੇ ਕਿਹਾ ਕਿ ਯਾਰ ਮੇਰੇ ਤੋਂ ਗਲਤੀ ਹੋਈ, ਮੈਂ ਮਾਫ਼ੀ ਚਾਹੁੰਦਾ। ਇਹ ਛੋਟੀ ਗੱਲ ਨਹੀਂ ਹੈ, ਇਹਨੂੰ ਮਹਿਸੂਸ ਕਰਨ ਵਾਲੀ ਗੱਲ ਹੈ, ਜੇ ਆਪਾਂ ਮਹਾਰਾਜ ਦੀ ਬੁੱਕਲ 'ਚ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਵਾਲੇ ਪਾਸੇ ਲਾ ਕੇ ਦੇਖੀਏ ਤਾਂ ਇਹ ਬਹੁਤ ਕਮਾਲ ਦੀ ਗੱਲ ਹੈ। ਇਸ ਚੀਜ਼ ਲਈ ਉਹਨਾਂ ਦੀ ਤਾਰੀਫ ਕਰਨੀ ਚਾਹੀਦੀ ਹੈ ਔਰ ਇਸੇ ਅਦਬ ਤਹਿਜ਼ੀਬ ਦੇ ਨਾਲ ਉਹਨਾਂ ਨੂੰ ਕਹਿਣਾ ਚਾਹੀਦਾ ਜਿਸ ਦਿਨ ਵੀ ਸਾਡੀਆਂ ਜਥੇਬੰਦੀਆਂ ਦੀ ਮੀਟਿੰਗ ਹੋਊਗੀ ਕਿ ਐੱਮ ਐੱਸ ਪੀ ਹੈ ਇਹਨੂੰ ਵੀ ਤੁਸੀਂ ਕਾਨੂੰਨ ਬਣਾ ਕੇ ਦਿਓ, ਹੋਰ ਵੀ ਜਿਹੜੀਆਂ ਸਾਡੀਆਂ ਛੋਟੀਆਂ ਛੋਟੀਆਂ ਮੰਗਾਂ ਨੇ ਹੁਣ ਸਾਰੀਆਂ ਭਰਪੂਰ ਕਰਕੇ ਸਾਰੇ ਭਾਰਤ ਦੇ ਲੋਕਾਂ ਨੂੰ ਖੁਸ਼ ਕਰਕੇ ਤੁਰੋ ਜੀ। ਇਹ ਵੀ ਹੈ ਕਿ ਅਖੀਰ ਦੇ ਵਿੱਚ ਮੈਂ ਇਹ ਜ਼ਿਕਰ ਜ਼ਰੂਰ ਕਰਨਾ ਚਾਹੂੰ ਕਿਉਂਕਿ ਤੁਸੀਂ ਹੁਣ ਨਵੇਂ ਗੀਤ ਕਰ ਰਹੇ ਹੋ, ਜਦੋਂ ਅਸੀਂ ਇੱਥੋਂ ਜਾਵਾਂਗੇ ਤਾਂ ਯਾਦ ਬਹੁਤ ਕੁਝ ਆਊਗਾ ਸਾਨੂੰ ਕਿਉਂਕਿ ਇਹ ਟੈਂਟ ਯਾਦ ਆਉਣਗੇ, ਤੁਸੀਂ ਇੱਥੇ ਗੀਤ ਵੀ ਬਣਾ ਰਹੇ ਹੋ, ਅਖੀਰ ਦੇ ਵਿੱਚ ਉਹ ਜ਼ਰੂਰ ਸੁਣਾ ਦਿਓ। ਹਾਂਜੀ ਹਾਰਫ ਨੂੰ ਮਿਸ ਕਰ ਰਹੇ ਹਾਂ ਯਾਰ, ਹੁਣ ਜਦੋਂ ਗੀਤ ਦੀ ਗੱਲ ਚੱਲਦੀ ਹੈ ਤਾਂ ਉਹ ਹੁਣ ਯੂਰਪ ਗਿਆ ਹੋਇਆ ਹੈ ਨਾ, ਅਤੇ ਜੀ ਤਾਂ ਬਹੁਤ ਕਰਦਾ ਜੇ ਨਾਲ ਹੁੰਦਾ, ਹਰਿੰਦਰ ਖੜਾ ਉਹ ਵੀ ਨਾਲ ਹੁੰਦਾ, ਤਾਂ ਜਾਣੀ ਹੋਰ ਚੰਗਾ ਕਰ ਰਹੇ ਹਾਂ ਕਿਉਂਕਿ ਤੁਹਾਡੀ ਜੋੜੀ ਬਹੁਤ ਮਸ਼ਹੂਰ ਰਹੀ ਹੈ ਇਸ ਅੰਦੋਲਨ 'ਚ। ਸੋ ਗੀਤ ਲਿਖ ਰਿਹਾ ਹੋ ਆ ਥੋੜ੍ਹੇ ਦਿਨਾਂ ਤੱਕ ਜਦੋਂ ਇੱਥੋਂ ਜਾਵਾਂਗੇ, ਇੱਕ ਮੈਂ ਬੇਨਤੀ ਜ਼ਰੂਰ ਕਰੂੰਗਾ, ਤੁਹਾਡਾ ਆਖਰੀ ਸਵਾਲ ਹੈ ਕਿ ਇੱਕ ਮੈਂ ਨੌਜਵਾਨ ਭਰਾਵਾਂ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਸੈਸ਼ਨ 29 ਤਰੀਕ ਤੋਂ ਸ਼ੁਰੂ ਹੋਣਾ, 26 ਤੱਕ ਮੈਨੂੰ ਪਤਾ ਕਿ ਹੁਣ ਪੰਜਾਬ ਤੋਂ ਹਰਿਆਣੇ ਤੋਂ ਸਭ ਪਾਸਿਆਂ ਤੋਂ ਸਾਡੇ ਪਰਿਵਾਰ ਸਾਡੇ ਭਰਾ ਆਉਣਗੇ, ਇਕੱਠ ਵਧੂਗਾ ਇੱਥੇ। ਬਸ ਛੋਟਾ ਭਰਾ ਤੁਹਾਡਾ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਆਹ 8-9 ਦਿਨ ਹੈ, ਜਿਸ ਤਰ੍ਹਾਂ ਇੱਥੇ ਦਿਨ ਵੇਲੇ ਰਹੋਗੇ ਨਾ ਬਾਈ, ਰਾਤਾਂ ਨੂੰ ਵੀ ਉਸੇ ਤਰ੍ਹਾਂ ਹੀ ਰਹੋ, ਜਾਣੀ ਮੇਰੀ ਗੱਲ ਤੁਸੀਂ ਸਮਝਦੇ ਹੋ ਕਿ ਖਾਣ ਪੀਣ ਤੋਂ ਗਰੇਜ਼ ਕਰਿਓ ਅਤੇ ਸਿਆਣੇ ਪੁੱਤ ਬਣ ਕੇ ਬਾਬੇ ਨਾਨਕ ਦੇ ਆਪਾਂ ਇੱਥੇ ਜ਼ਿੰਮੇਵਾਰੀਆਂ ਸਾਂਭਣੀਆਂ ਹੁਣ,
क्योंकि शरारती लोगों का कुछ नहीं पता इतने की शरारत कर दे। आ दिन बड़े बहुत खास ने साडे लई, सैशन हो जाए ऑफिशियली, सारिया फॉरमैलिटीज़ हो जाए तो मोर लग जाए तो उदू बाद आप हसते खेडते जावे। तो इन्ना याद रखियो आप गुरु नानक के पुत हैं, इतों साढ़े साढ़े प्यो साड़िया मावं ट्रैक्टर ट्रालिया लेके तुरंगे, झाड़ू आप मार के जाना है, जिनी भी इतने वेस्टेज पई होगी आप सारा वो बिन आप करके जाना, नाल लैके जाना आप सारा, जिते बनता उस गंद का सीटना उत्थे सीटा आप। सो इतों तक आप लैके जाना कि जेडे इन्ना सड़कों के आसे पासे परिवार ने जिन्हों फैक्ट्रिया ने उन्होंने लगे कि यार कि आए सी किसान, आए सी मिट्टी के पुत, आए सी परिवार, आए सी परिवारों वांगू रह के गए तो एक एग्जाम्पल सैट करके गए है। सो इस हद तक सानू वो सारा कुछ उस पड़ाव चों गुजरना पैना। सो बेनती है कि हल्ला गुला ना करो, होछापन बिल्कुल ना करो, ट्रैक्टर के उपर गीतों की आवाज़ बहुत ही ना करो, रातों का माहौल है जोड़ा, रात की नींद है या रात का सिमरन है उन्हों चुक ले लियो, रौला रप्पा बिल्कुल ना पायो। गीत दे बोल तुहानू सुना देना, हाँ ओ किन्ने गेड़े वजदे सी नाल वाले टेंट च, किन्ने दिन कढ़दे सी ओ इक्को मैली पेंट च, ट्राली दी रसोई बनी ओ बेबे बापू नाल सी, ओ किन्नी वारी मीं दे विच वो चोई तरपाल सी, रूह दे विच यादां दा, रूह दे विच यादां दा सवाद रखियो, भुल जायो ना पंजाबीओ, ओ कली कली गल तुसी ओ याद रखियो, भुल जायो। गल्लां पता कड़ियां कड़ियां याद रखण वालियां, किद्दां असीं इत्थे धर्मां तों उपर उठ के, किद्दां असीं इत्थे जातां पातां तों उपर उठ के है ना सिर्फ मिट्टी दे पुत बन के लड़े हाँ, याद रखण वालियां गल्लां कड़ियां जिहड़ियां साडे गुरु दा सिधांत है कि किद्दां असीं इत्थे नफरत नहीं सी किसी लिए, कोई छोटा है कोई वड्डा है, कोई अमीर है गरीब है गोरा है काला, पंगत च बह के लंगर छकते सी, हाँ एक जिदा सी एक च बरकत आई है ना, आ चीज़ा याद रखने वाली और सारी जिंदगी अपने नाल नाल ला के रखने वाली, नाल ला के रखने वाले एहसास ने। सो मुबारक तानू, तानू सारा नू बहुत बहुत, नानक नाम चढ़दी कला तेरे भाणे सरबत दा ही पला। ਗਰੇਵਾਲ ਤਾਂ ਪਹਿਲੇ ਦਿਨ ਤੋਂ ਹੀ ਕਿਸਾਨੀ ਘੋਲ ਘੋਲਦੇ ਪਏ ਨੇ, ਕਹਿੰਦੇ ਆ ਕਿ ਸਾਨੂੰ ਗੱਲਾਂ ਬਹੁਤ ਯਾਦ ਰੱਖਣੀਆਂ ਪੈਣਗੀਆਂ, ਜੋ ਜੋ ਇਸ ਅੰਦੋਲਨ ਦੇ ਵਿੱਚ ਹੰਡਾਈਆਂ, ਜੋ ਜੋ ਅਸੀਂ ਸਿੱਖੀਆਂ, ਇਹ ਸਭ ਗੱਲਾਂ ਅਸੀਂ ਹੁਣ ਜਦੋਂ ਘਰਾਂ ਨੂੰ ਵਾਪਸ ਮੁੜ ਜਾਣਾ ਹੈ ਇਹ ਯਾਦ ਰੱਖਣੀਆਂ ਪੈਣਗੀਆਂ। ਤਾਂ ਜਿਹੜੇ ਇਹ 8-9-10 ਦਿਨ ਹੈਗੇ ਨੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਸਾਨੂੰ ਬੜਾ ਸਤਰਕ ਹੋ ਕੇ ਰਹਿਣਾ ਪਊਗਾ, ਉਹਨਾਂ ਦਿਨਾਂ ਦੇ ਵਿੱਚ ਸਾਨੂੰ ਧਿਆਨ ਰੱਖਣਾ ਪਊਗਾ ਦਿਨੇ ਵੀ ਅਤੇ ਰਾਤ ਨੂੰ ਵੀ। ਤਾਂ ਕਈ ਚੀਜ਼ਾਂ ਨੇ, ਯਾਦਾਂ ਨੇ ਜਿਹੜੀਆਂ ਹੁਣ ਇਹ ਨਾਲ ਸਮੇਟ ਕੇ ਲੈ ਕੇ ਜਾਣਗੇ। ਗੀਤ ਬਹੁਤ ਸ਼ਾਨਦਾਰ ਸੁਣਾਇਆ, ਉਸ ਗੀਤ ਦੇ ਵਿੱਚ ਵੀ ਇਸ ਅੰਦੋਲਨ ਦੀਆਂ ਯਾਦਾਂ ਦਾ ਜ਼ਿਕਰ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਸਿੰਘੂ ਬਾਰਡਰ।